ਹਾਂਜੀ ਕੇਵਲ ਜੀ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਬੋਤਨ ਟੀਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਸੀ ਆਪਾਂ ਪੰਜਾਬੀ ਰੰਗ ਮੰਚ ਬਾਰੇ ਪਿਛਲੇ ਦਿਨੀ ਤੁਹਾਨੂੰ ਇੱਕ ਅਵਾਰਡ ਅਨਾਉਂਸ ਹੋਇਆ ਰਾਸ਼ਟਪਤੀ ਅਵਾਰਡ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡੀ ਪ੍ਰਾਪਤੀ ਤੇ ਸਾਡੇ ਲਈ ਮਾਣ ਦੀ ਗੱਲ ਹੈ ਕਿ ਪੰਜਾਬੀ ਰੰਗ ਮੰਚ ਦਾ ਜਿਹੜਾ ਇੱਕ ਸ਼ਕਸ਼ੀਅਤ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਉਹਨੂੰ ਇਹ ਅਵਾਰਡ ਜਿਹੜਾ ਅਨਾਉਂਸ ਹੋਇਆ ਹੈ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਮੈਂ ਬਸ ਕਿਉਂਕਿ ਜਿਹੜੀ ਹਿੰਦੁਸਤਾਨ ਦੀ ਸਾਡੀ ਜਿਹੜੀ ਕਿ ਸੈਂਟਰ ਦੀ ਸੰਗੀਤ ਨਾਟਕ ਅਕੈਡਮੀ ਹੈ ਨਵੀਂ ਦਿੱਲੀ ਔਰ ਇਹ ਰਾਸ਼ਟਰਪਤੀ ਵਾਲਾ ਅਵਾਰਡ ਦਿੱਤਾ ਜਾਂਦਾ ਹੈ ਔਰ ਇਹ ਹਿੰਦੁਸਤਾਨ ਦੇ ਵਿੱਚ ਥੀਏਟਰ ਦੀ ਦੁਨੀਆ ਦਾ ਸਭ ਤੋਂ ਵੱਡਾ ਅਵਾਰਡ ਹੈ ਔਰ ਮੈਂ ਇਹਦੇ ਲਈ ਇੱਕ ਤਾਂ ਅਕੈਡਮੀ ਨੂੰ ਜਿਨ੍ਹਾਂ ਨੇ ਇਹ ਸਾਰਾ ਚੀਕੇ ਡਿਸਾਈਡ ਕੀਤਾ ਉਹਨਾਂ ਨੂੰ ਥੈਂਕਸ ਵੀ ਕਹਿਣਾ ਚਾਹੁੰਦਾ ਔਰ ਮੈਂ ਜਿਹੜਾ ਮੇਰਾ ਆਪਣਾ ਇਹ ਅਵਾਰਡ ਜਿਹੜਾ ਮੈਨੂੰ ਮਿਲਣ ਜਾ ਰਿਹਾ ਵਾ ਮੈਂ ਡੈਡੀਕੇਟ ਵੀ ਕਰਨਾ ਚਾਹਾਂਗਾ ਪੰਜਾਬੀ ਰੰਗਮંચ ਦੇ ਦਰਸ਼ਕਾਂ ਦੇ ਨਾਮ ਗੁਰਸ਼ਰਨ ਪਾਜੀ ਦੇ ਨਾਮ ਆਪਣੇ ਪਰਿਵਾਰ ਦੇ ਨਾਮ ਆਪਣੇ ਦੋਸਤਾਂ ਦੇ ਨਾਮ ਆਪਣੇ ਕਲਾਕਾਰਾਂ ਦੇ ਨਾਮ ਕਿ ਜਿਨ੍ਹਾਂ ਨੇ ਹਮੇਸ਼ਾ ਹੀ ਮੇਰੇ ਰੰਗਮંચ ਦਾ ਹਿੱਸਾ ਬਣੇ ਔਰ ਜਿਨ੍ਹਾਂ ਨੇ ਸਾਥ ਦਿੱਤਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਮੈਂ ਕੰਮ ਕੀਤਾ ਇਨੇ 36 ਸਾਲਾਂ ਦੇ ਵਿੱਚ 36 ਸਾਲ ਮੈਂ ਲਗਾਤਾਰ ਕਹਿ ਲੋ ਕਿ ਮੈਂ ਮੈਂ ਨੰਗੇ ਥਾੜ ਲੜਦਾ ਰਿਹਾ ਹੈਨਾ ਸੋ ਉਹ ਜਿਹੜੇ ਮੈਂ ਨੰਗੇ ਥੱਡ ਲੜਦਾ ਰਿਆ ਸੋ ਉਹਨਾਂ 36 ਸਾਲਾਂ ਦੇ ਮੇਰੇ ਕੀਤੇ ਹੋਏ ਕੰਮ ਨੂੰ ਰੈਕੋਗਨਾਈਜ਼ ਕੀਤਾ ਗਿਆ ਔਰ ਮੈਂ ਪੰਜਾਬੀ ਜ਼ੁਬਾਨ ਵਿੱਚ ਥੀਏਟਰ ਕੀਤਾ ਮੇਰੀ ਪੰਜਾਬੀ ਜ਼ੁਬਾਨ ਨੂੰ ਰੈਕੋਗਨਾਈਜ਼ ਕੀਤਾ ਗਿਆ ਮੇਰੀ ਅੰਮ੍ਰਿਤਸਰ ਦੀ ਧਰਤੀ ਨੂੰ ਰੈਕੋਗਨਾਈਜ਼ ਕੀਤਾ ਗਿਆ ਮੇਰੇ ਸ਼ਹਿਰ ਨੂੰ ਰੈਕੋਗਨਾਈਜ਼ ਕੀਤਾ ਗਿਆ ਸੋ ਇਸ ਇਹ ਇਹ ਮੈਨੂੰ ਚੰਗਾ ਲੱਗਾ ਕਿ ਜਿਹੜੇ ਇੰਨੇ ਸਾਲਾਂ ਦੀ ਮਿਹਨਤ ਸੀ ਕੰਮ ਕੀਤਾ ਸੀ ਔਰ ਜਿਹੜਾ ਆਉਣ ਵਾਲੇ ਸਮੇਂ ਚ ਹੋਰ ਕੰਮ ਕਰਨਾ ਹੈ ਇਹ ਚੀਜ਼ਾਂ ਸਾਨੂੰ ਸਟਰੋਂਗ ਵੀ ਕਰਦੀਆਂ ਨੇ ਬਲ ਦਿੰਦੀਆਂ ਨੇ ਕਿ ਅਸੀਂ ਹੋਰ ਚੰਗਾ ਕੰਮ ਜਿਹੜਾ ਕਿ ਅੱਗੇ ਕਰ ਸਕੀਏ ਪੰਜਾਬੀ ਰੰਗਮੰਚ ਦੇ ਵਿੱਚ ਤੋਂ ਸਾਨੂੰ ਚੰਗਾ ਕੰਮ ਕੀਤਾ ਇਹ ਅਵਾਰਡ ਤੁਹਾਨੂੰ ਮਿਲਣ ਜਾ ਰਿਹਾ ਹੈ ਤੇ 36 ਵਰਿਆਂ ਦੇ ਸਮੇਂ ਦੇ ਵਿੱਚ ਮੇਰੀ ਜਰਚ ਤੁਹਾਨੂੰ ਅਨੇਕਾਂ ਹੀ ਅਵਾਰਡ ਮਿਲੇ ਹੋਣਗੇ ਕੁਝ ਕੁ ਨੇ ਜਿਹੜੇ ਅਵਾਰਡ ਨੇ ਤੁਹਾਨੂੰ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੇ ਕਰੋ ਕਿਹੜੇ ਕਿਹੜੇ ਅਵਾਰਡ ਤੁਹਾਨੂੰ ਮਿਲੇ ਨੇ ਬਹੁਤ ਸਾਰੇ ਢੇਰ ਸਾਰੇ ਅਵਾਰਡ ਬਸ ਸੱਚੀ ਗੱਲ ਹੈ ਬਹੁਤ ਸਾਰੇ ਅਵਾਰਡ ਮਿਲਦੇ ਰਹੇ ਔਰ ਮੈਨੂੰ ਔਰ ਮੈਨੂੰ ਉਦੋਂ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਜਿੱਥੋਂ ਮੈਂ ਪੜਿਆ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਔਰ ਉਹਨਾਂ ਨੇ ਜਦੋਂ ਅਵਾਰਡ ਸ਼ੁਰੂ ਕੀਤੇ ਤੇ ਉਹ ਹਿਸਟਰੀ ਚ ਪਹਿਲੇ ਨਹੀਂ ਸੀ ਪਿਛਲੇ ਕੋਈ 10 15 ਸਾਲਾਂ ਵਿੱਚ ਸ਼ੁਰੂਆਤ ਕੀਤੀ ਤੇ ਉਹਨਾਂ ਨੇ ਮੈਨੂੰ ਮਨੋਰ ਸਿੰਘ ਦੇ ਨਾਮ ਦੇ ਉੱਤੇ ਜਿਹੜਾ ਕਿ ਹਿੰਦੁਸਤਾਨ ਦਾ ਬਹੁਤ ਵੱਡਾ ਐਕਟਰ ਜਿਹੜਾ ਨੈਸ਼ਨਲ ਸਕੂਲ ਆਫ ਡਰਾਮਾ ਦੇ ਪਹਿਲੇ ਕਹ ਲੋ ਕਿ ਬੈਚ ਦੇ ਵਿੱਚੋਂ ਨਿਕਲਿਆ ਜਦੋਂ ਹਿਸਟਰੀ ਦੇ ਵਿੱਚ ਔਰ ਬਹੁਤ ਵੱਡਾ ਨਾਮ ਔਰ ਉਹਦੇ ਨਾਮ ਤੇ 어ਵਾਰਡ ਸ਼ੁਰੂਆਤ ਕੀਤੀ ਤੋ 어ਵਾਰਡ ਮੈਨੂੰ ਉਹਨਾਂ ਨੇ ਦਿੱਤਾ ਮੈਨੂੰ ਪੰਜਾਬ ਸੰਗੀਤ ਨਾਟਕ ਅਕੈਡਮੀ ਨੇ 어ਵਾਰਡ ਦਿੱਤਾ ਪੰਜਾਬ ਸਰਕਾਰ ਨੇ ਮੈਨੂੰ ਪਾਸ਼ਾ ਵਿਭਾਗ ਵੱਲੋਂ ਜਿਹੜਾ ਸ਼੍ਰੋਮਣੀ ਨਾਟਕਕਾਰ ਦਾ 어ਵਾਰਡ ਦਿੱਤਾ ਮੈਨੂੰ ਹੁਣੇ ਰੀਸੈਂਟਲੀ ਮੈਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਕਿ ਸਟੇਟ ਅਵਾਰਡ ਦਿੱਤਾ ਗਿਆ ਵਾ ਸੋ ਇਦਾਂ ਦੇ ਬੇਸ਼ੁਮਾਰ ਜਿਹੜੇ ਕਿ ਅਵਾਰਡ ਜਿਹੜੇ ਮੇਰੇ ਆਪਣੇਆਂ ਵੱਲੋਂ ਔਰ ਜਿਵੇਂ ਕੈਨੇਡਾ ਵਿੱਚ ਗਿਆ ਕੈਨੇਡਾ ਵੱਲੋਂ ਵੀ ਜਿੰਨੇ ਦੋਸਤ ਉੱਥੇ ਜਿਹੜੀਆਂ ਐਸੋਸੀਏਸ਼ਨਸ ਨੇ ਉਹਨਾਂ ਨੇ ਅਵਾਰਡ ਦਿੱਤੇ ਮੈਂ ਨਾਰਵੇ ਗਿਆ ਉਹਨਾਂ ਨੇ ਅਵਾਰਡ ਦਿੱਤੇ ਯਾਨੀ ਬਾਕੀ ਮੁਲਕਾਂ ਵਿੱਚ ਵੀ ਤੇ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਾਲੀਦਾਸ ਦੀ ਧਰਤੀ ਦੇ ਉੱਤੇ ਮੈਨੂੰ ਮੱਧ ਪ੍ਰਦੇਸ਼ ਦੇ ਵਿੱਚ ਮੈਨੂੰ ਉੱਥੇ ਜਿਹੜਾ ਕਿ ਉਹਨਾਂ ਨੇ ਨੈਸ਼ਨਲ ਅਵਾਰਡ ਦਿੱਤਾ ਸੋ ਇਦਾਂ ਦੇ ਅਰ ਅੰਗਨਿਤ ਅਵਾਰਡ ਜਿਹੜੇ ਔਰ ਮੈਨੂੰ ਹੁਣੇ ਰੀਸੈਂਟਲੀ ਅਜੇ ਮੈਨੂੰ 3-4 ਮਹੀਨੇ ਪਹਿਲਾਂ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਸੰਗੀਤ ਨਾਟਕ ਅਕੈਡਮੀ ਦਾ ਮੈਨੂੰ ਪ੍ਰੈਜ਼ੀਡੈਂਟ ਵੀ ਬਣਾਇਆ ਵਾ ਸੋ ਇਹ ਵੀ ਆਪਣੇ ਆਪ ਦੇ ਇੱਕ ਵਿੱਚ ਵੱਡਾ ਅਵਾਰਡ ਹੈ ਕਿ ਮੈਨੂੰ ਅਗਲੇ 3 ਸਾਲਾਂ ਵਾਸਤੇ ਅਕੈਡਮੀ ਦਾ ਕਾਫੀ ਜਿਹੜਾ ਕੰਮ ਹੈ ਤੇ ਮੈਨੂੰ ਚੰਗਾ ਲੱਗਿਆ ਕਿ ਚਲੋ ਪੰਜਾਬ ਸੰਗੀਤ ਨਾਟਕ ਅਕੈਡਮੀ ਹੈ ਤੇ ਪੰਜਾਬ ਦੇ ਵਿੱਚ ਇੱਕ ਹੋਰ ਥੀਏਟਰ ਦੀ ਲਹਿਰ ਦਾ ਵਿੱਚ ਕੁਝ ਹੋਰ ਹਿੱਸਾ ਪੈ ਸਕੇਗਾ ਵਿਰਸਾ ਵਿਹਾਰ ਦੇ ਵੀ ਤੁਸੀਂ ਪ੍ਰਧਾਨ ਹੋ ਤੇ ਤੁਹਾਡੀ ਜਿਹੜਾ ਪੰਜਾਬੀ ਰੰਗ ਮੰਚ ਵਾਸਤੇ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਸੰਗੀਤ ਨਾਟਕ ਅਕੈਡਮੀ ਦਾ ਪੰਜਾਬ ਸਰਕਾਰ ਵੱਲੋਂ ਪ੍ਰਦਾਨ ਬਣਾਇਆ ਗਿਆ ਹੋਰ ਵੀ ਕਈ ਸੰਸਥਾਵਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਪੰਜਾਬੀ ਸੰਗੀਤ ਨਾਟਕ ਅਕੈਡਮੀ ਵੱਲੋਂ ਤੁਸੀਂ ਪੰਜਾਬ ਸਰਕਾਰ ਵੱਲੋਂ ਕਿਹੜੇ ਕਿਹੜੇ ਆਉਂਦੇ ਸਮੇਂ ਦੇ ਵਿੱਚ ਜਿਹੜੇ ਕੰਮ ਜਿਹੜੇ ਉਹ ਕਰਨ ਜਾ ਰਹੇ ਅਸੀਂ ਉਹਨਾਂ ਕੰਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਅਸੀਂ ਕਾਫੀ ਸਾਰੇ ਜਿਹੜੇ ਕਿ ਥੀਏਟਰ ਦੇ ਔਰ ਸੰਗੀਤ ਦੇ ਔਰ ਨ੍ਰਿਤ ਦੇ ਜਿਹੜੇ ਉਤਸਵ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਬਹੁਤ ਸਮਾਂ ਇਹ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਤੱਕ ਸੀਮਤ ਰਹੀ ਮੈਂ ਨੂੰ ਜਦੋਂ ਇਹ ਜ਼ਿੰਮੇਵਾਰੀ ਦਿੱਤੀ ਗਈ ਤਾਂ ਮੈਂ ਕਿਹਾ ਕਿ ਜੇ ਪੰਜਾਬ ਸੰਗੀਤ ਨਾਟਕ ਅਕੈਡਮੀ ਹੈ ਤੇ ਪੰਜਾਬ ਦੇ ਲੋਕਾਂ ਦਾ ਵੀ ਇੱਥੇ ਹੱਕ ਬਣਦਾ ਸੋ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਇਹਦੀ ਮੈਂ ਸ਼ੁਰੂਆਤ ਹੀ ਬਠਿੰਡੇ ਤੋਂ ਕੀਤੀ ਉਥੇ 4 ਦਿਨ ਦਾ ਸੀ ਉਤਸਵ ਕੀਤਾ ਬਹੁਤ ਕਾਮਯਾਬ ਰਿਹਾ ਇਹਦਾ ਅਸੀਂ 4 ਦਿਨ ਦਾ ਇਹ ਲੋਕ ਰੰਗ ਉਤਸਵ ਪ੍ਰੀਤਨਗਰ ਦੇ ਵਿੱਚ ਬਿਲਕੁਲ ਬਾਰਡਰ ਏਰੀਆ ਚ ਕੀਤਾ ਅੰਮ੍ਰਿਤਸਰ ਉੱਥੇ ਔਰ ਬਹੁਤ ਕਾਮਯਾਬ ਰਿਹਾ ਅਸੀਂ ਹੁਣ ਜਲੰਧਰ ਕਰਕੇ ਹਟਿਆ 4 ਦਿਨ ਦਾ ਅਸੀਂ ਰੋਪੜ ਕੀਤਾ 4 ਦਿਨ ਦਾ ਉਤਸਵ ਅਸੀਂ ਪੰਜਾਬ ਸੰਗੀਤ ਨਾਟਕ ਅਕੈਡਮੀ ਨੂੰ ਨਾਲ ਦੀਆਂ ਸਟੇਟਾਂ ਦੇ ਨਾਲ ਜੋੜਿਆ ਅਸੀਂ ਹਰਿਆਣੇ ਚ ਪੰਜਾਬੀ تھیਟਰ ਲੈ ਕੇ ਗਏ ਆ ਹਰਿਆਣੇ ਦਾ ਥੀਏਟਰ ਜਿਹੜਾ ਪੰਜਾਬ ਚ ਲੈ ਕੇ ਆਇਆ ਅਸੀਂ ਪੰਜਾਬ ਦੇ ਅਸੀਂ ਜਿਹੜਾ ਕਿ ਤਿੰਨ ਸਾਲਾਂ ਵਿੱਚ ਅਸੀਂ ਵਿਥਿਆ ਕਿ 300 ਪਿੰਡਾਂ ਵਿੱਚ ਅਸੀਂ ਜਾਵਾਂਗੇ ਜਿੰਨਾ ਵਿੱਚ ਅਸੀਂ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਜਿੰਨੀਆਂ ਚਾਹੇ ਉਹ ਨਸ਼ਿਆਂ ਦੀ ਆ ਪ੍ਰੂਨ ਹੱਤਿਆ ਦੀ ਆ ਕਿਸਾਨ ਖੁਦਕਸ਼ੀਆਂ ਦੀ ਜਿਹੜੀ ਆ ਇਹਨਾਂ ਗੱਲਾਂ ਬਾਰੇ ਜਿਹੜਾ ਕਿ ਲੋਕਾਂ ਨੂੰ ਸੁਚੇਤ ਕਰਾਂਗੇ ਸੋ ਉਹਦੀ ਅਸੀਂ ਪਿੰਡਾਂ ਵਿੱਚ ਨੁਕੜਨਾਟਕ ਕਰਨੇ ਸ਼ੁਰੂ ਕੀਤੇ ਨੇ ਅਸੀਂ ਵਕ ਵਕ ਟੀਮਾਂ ਨੂੰ ਪੰਜਾਬ ਦੀਆਂ ਜਿੰਨੀਆਂ ਉਹਨਾਂ ਸਾਰੀਆਂ ਟੀਮਾਂ ਨੂੰ ਆਪਣੇ ਨਾਲ ਜੋੜਿਆ ਸੋ ਇਸ ਤਰ੍ਹਾਂ ਹੁਣੇ ਅਸੀਂ ਇਹ ਜਿਹੜੇ ਕਿ ਚੰਡੀਗੜ੍ਹ ਦੇ ਵਿੱਚ ਹਰ ਐਤਵਾਰ ਜਿਹੜਾ ਉੱਥੇ ਇੱਕ ਸਮਾਗਮ ਕਰਦੇ ਆ ਅਸੀਂ ਚੰਡੀਗੜ੍ਹ ਦੇ ਵਿੱਚ ਹੁਣ ਅਸੀਂ ਇੱਕ ਜਿਹੜਾ ਕਿ ਨ੍ਰਿਤ ਦਾ ਤੇ ਸੰਗੀਤ ਦਾ ਜਿਹਦੇ ਵਿੱਚ ਸੂਫੀਆਨਾ ਤੇ ਕਲਾਸਿਕਲ ਜਿਹੜੇ ਰੰਗਤ ਵਾਲੇ ਪ੍ਰੋਗਰਾਮ ਹੈ ਉਹ 5 ਦਿਨ ਦਾ ਐਸੀ ਫੈਸਟੀਵਲ ਕਰਨ ਜਾ ਰਹੇ ਸੋ ਇਦਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਕਾਫੀ ਸਾਰੇ ਔਰ ਜਿਹੜੇ ਵੱਡੇ ਸਾਡੇ ਨਾਟਕਕਾਰ ਸੰਗੀਤਕਾਰ ਨ੍ਰਿਤਕਾਰ ਨੇ ਉਹਨਾਂ ਦੇ ਨਾਲ ਰੂਬਰੂ ਫੇਸ ਟੂ ਫੇਸ ਉਹਨਾਂ ਦੇ ਨਾਲ ਕਾਫੀ ਵੱਡੇ ਪੱਧਰ ਦੇ ਉੱਤੇ ਔਰ ਜਿਹੜੀਆਂ ਸਾਡੀ ਨ੍ਰਿਤ ਦੀ ਜਾਂ ਸੰਗੀਤ ਦੀ ਜਾਂ ਥੀਏਟਰ ਦੀ ਹਿਸਟਰੀ ਆ ਉਹ ਉਸ ਹਿਸਟਰੀ ਬਾਰੇ ਕਿਤਾਬਾਂ ਅਸੀਂ ਛਾਪ ਰਹੇ ਹਾਂ ਸੋ ਐ ਅਸੀਂ ਜਿਹੜੇ ਥੀਏਟਰ ਦੇ ਸੰਗੀਤ ਦੇ ਨ੍ਰਿਤ ਦੇ ਜਿਹੜੇ ਵੱਡੇ ਨਾਮ ਨੇ ਜਿਹੜੇ ਕੰਮ ਕਰ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਵੀ ਅਸੀਂ ਰੈਕੋਗਨਾਈਜ਼ ਕਰਾਂਗੇ ਉਹਨਾਂ ਨੂੰ ਅਸੀਂ ਅਵਾਰਡ ਵੀ ਦੇਾਂਗੇ ਵੱਡੇ ਅਵਾਰਡ ਜਿਹੜੇ ਆ ਸੋ ਇਸ ਤਰ੍ਹਾਂ ਦੇ ਕਾਫੀ ਸਾਰੇ ਕੰਮ ਜਿਹੜੇ ਆ ਕਿ ਅਸੀਂ ਸ਼ੋਅਏ ਆ ਔਰ ਕਾਫੀ ਉਹਦੇ ਵਿੱਚ ਅਸੀਂ ਕਾਰ ਵੀ ਲਏ ਨੇ ਤੇ ਅਗਲੇ ਚੰਕ ਵਿੱਚ ਹੋਰ ਵੀ ਅਸੀਂ ਕੰਮ ਜਿਹੜੇ ਆ ਕਰਾਂਗੇ ਜੀ ਤੁਹਾਡੇ ਕੰਮ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬੀ ਸੰਗੀਤ ਨਾਟਕ ਅਕੈਡਮੀ ਦਾ ਤੁਹਾਨੂੰ ਪ੍ਰਧਾਨ ਬਣਾਇਆ ਮੇਰੇ ਖਿਆਲ ਸ ਕੋਈ ਗਲਤੀ ਨਹੀਂ ਕੀਤੀ ਪੰਜਾਬ ਸਰਕਾਰ ਨੇ ਸੋ ਅ ਅਸੀਂ ਤੁਹਾਡੇ ਤੋਂ ਇਹੀ ਆਸ ਰੱਖਦੇ ਹਾਂ ਆਪਕ ਦੇ ਵਿੱਚ ਵੀ ਤੁਸੀਂ ਜਿਹੜੇ ਇਹੋ ਜਿਹੇ ਵਧੀਆ ਕੰਮ ਕਰਦੇ ਰਹੋ ਤੇ ਪੰਜਾਬ ਸਰਕਾਰ ਤੇ ਹੋਰ ਪੰਜਾਬ ਦੇ ਲੋਕ ਤੁਹਾਨੂੰ ਨੁਮਾਇਦ ਦੇ ਰਹਿਣ